ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ ਮਿਤੀ 12/10/2023 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਜਲੰਧਰ ਕੋਰ ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾ ਤੇ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ਦੀ ਅਗਵਾਈ ਵਿੱਚ ਪਿੰਡ ਢੰਡੋਵਾਲ ਵਿਖੇ ਮੀਟਿੰਗ ਹੋਈ। ਇਸ ਮੌਕੇ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਬਰਾ ਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਸ਼ੂ ਮੇਲਿਆਂ ਤੇ ਲਗਾਈ ਹੋਈ ਪਾਬੰਦੀ ਹਟਾਈ ਜਾਵੇ ਕਿਉਂਕਿ ਪਸ਼ੂ ਮੇਲੇ ਪਸ਼ੂਆਂ ਦੇ ਆਦਾਨ ਪ੍ਰਦਾਨ ਦਾ ਅਹਿਮ ਸਾਧਨ ਹਨ। ਉਹਨਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ। ਇਸ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਉੱਤਰੀ ਭਾਰਤ ਦੀਆਂ ਹੋਰ 18 ਜਥੇਬੰਦੀਆਂ 23 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਅਤੇ 24 ਅਕਤੂਬਰ ਨੂੰ ਪਿੰਡ ਪੱਧਰੀ ਸਰਕਾਰ ਦੇ ਵਿਸ਼ਾਲ ਪੁਤਲੇ ਬਣਾ ਕੇ ਕਿਸਾਨੀ ਦੁਸ਼ਹਿਰਾ ਫੂਕਣਗੀਆਂ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਜਲੰਧਰ ਤੋਂ ਦਵਿੰਦਰ ਸਿੰਘ ਭੰਡਾਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਉੱਤਰ ਭਾਰਤ ਦੀਆਂ ਜਥੇਬੰਦੀਆਂ ਨੇ ਜੋ ਉਪਰਾਲਾ ਕੀਤਾ ਵਾ 23-24 ਨੂੰ ਕਿਸਾਨ ਮਜ਼ਦੂਰ ਦੁਸ਼ਹਿਰੇ ਦੇ ਰੂਪ ਦੇ ਵਿੱਚ ਕਾਰਪੋਰੇਟ ਜਗਤ ਤੇ ਮੋਦੀ ਦੇ ਦਿਓ ਕੱਤ ਪੁਤਲੇ ਬਣਾ ਕੇ ਫੂਕਣਗੇ, ਉਹਦੀਆਂ ਤਿਆਰੀਆਂ ਤਹਿਤ ਇਹ ਅੱਜ ਮੀਟਿੰਗ ਲਗਾਈ ਗਈ ਆ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਡੀਆਂ ਮੰਗਾਂ ਜਿਹੜੀਆਂ 22 ਅਗਸਤ ਨੂੰ ਸੀਗੀਆਂ, ਜਿਹੜੀਆਂ 28, 29, 30 ਨੂੰ ਰੇਲਾਂ ਤੇ ਸੀ, ਉਹੀ ਮੰਗਾਂ ਵਾ ਵੀ ਜੋ ਵੀ ਹੜਾਂ ਦੇ ਨਾਲ ਨੁਕਸਾਨ ਹੋਇਆ ਵਾ ਉਹਦਾ ਪੂਰਾ ਮੁਆਵਜ਼ਾ ਕੇਂਦਰ ਸਰਕਾਰ ਦੇਵੇ, MSP ਗਰੰਟਡ ਦਾ ਕਾਨੂੰਨ ਬਣੇ, 200 ਦਿਨ ਮਨਰੇਗਾ ਚਾਲੂ ਹੋਵੇ, ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ, ਜ਼ਮੀਨਾਂ ਦੇ ਵਿੱਚੋਂ ਰੇਤਾ ਕੱਢਣ ਦਾ ਹੱਕ ਜਿਹੜਾ ਉਹ ਖੇਤ ਮਾਲਕ ਤੇ ਮਜ਼ਦੂਰ ਨੂੰ ਹੋਵੇ। 1 ਹਫ਼ਤੇ ਦਾ ਸਮਾਂ ਦਿੱਤਾ ਵਾ ਜੋ ਬਹੁਤ ਥੋੜ੍ਹਾ ਵਾ। ਇਹਦੇ ਨਾਲ ਪੰਜਾਬ ਸਰਕਾਰ ਨੇ ਪਸ਼ੂ ਮੇਲਿਆਂ ਦੇ ਉੱਤੇ ਪਾਬੰਦੀ ਲਾਈ ਹੋਈ ਆ, ਉਹ ਪਸ਼ੂ ਮੇਲਿਆਂ ਤੇ ਲੱਗੀ ਪਾਬੰਦੀ ਜਿਹੜੀ ਹਟਾਈ ਜਾਵੇ ਕਿਉਂਕਿ ਪਸ਼ੂ ਧਨ ਦਾ ਜਿਹੜਾ ਆਦਾਨ ਪ੍ਰਦਾਨ ਉਹ ਮੰਡੀਆਂ ਰਾਹੀਂ ਹੋਣਾ ਵਾ। ਇਹਨਾਂ ਮੰਗਾਂ ਨੂੰ ਲੈ ਕੇ ਔਰ ਕਿਸਾਨਾਂ ਮਜ਼ਦੂਰਾਂ ਦੀਆਂ ਫਸਲਾਂ ਦੇ ਲਾਹੇਵੰਦ ਭਾਅ ਲੈਣ ਵਾਸਤੇ ਔਰ ਜਿਹੜੇ ਚਿੱਪ ਵਾਲੇ ਮੀਟਰ ਲੈ ਕੇ ਆਏ ਆ ਧੜਾ ਧੜ ਹੁਣ ਪੰਜਾਬ ਦੇ ਵਿੱਚ ਲੱਗਣ ਦੀਆਂ ਤਿਆਰੀਆਂ ਵਾਂ ਲੱਗ ਰਹੇ ਆ, ਇਹਨਾਂ ਚਿੱਪ ਵਾਲੇ ਮੀਟਰਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਦਾ ਵੀ ਮਨ ਵਾ ਵੀ ਇਹ ਨਹੀਂ ਲੱਗਣ ਦੇਣੇ, ਸਾਡੇ ਪਹਿਲਾਂ ਵਾਲੇ ਮੀਟਰ ਲੈ ਕੇ ਆਉਣ, ਕਾਰਪੋਰੇਟ ਜਗਤ ਨੂੰ ਸਥਾਪਿਤ ਕਰਨ ਵਾਸਤੇ ਇਹਨਾਂ ਦਾ ਪਾਵਰ ਕੌਮ ਨੂੰ ਵੇਚਣ ਦੀ ਜਿਹੜੀ ਤਿਆਰੀ ਆ ਉਹ ਠੀਕ ਨਹੀਂ। ਔਰ ਜਿਹੜੇ ਹਾਈਵੇ ਬਣਾਏ ਗਏ ਆ ਉਹ ਬੇਤਰਤੀਬੇ ਬਣੇ ਆ, ਜਿਹੜੇ ਬ੍ਰਿਜ ਬਣੇ ਆ ਹੁਣ ਤੱਕ ਰੇਲਵੇ ਕ੍ਰੋਸਿੰਗਾਂ ਦੇ ਥੱਲੇ ਆਉਂਦੀ ਉਹਨਾਂ ਬ੍ਰਿਜਾਂ ਨੇ ਪਰਸੋਂ ਇੱਕ ਸਾਡੇ ਆਗੂ ਅਜੀਤ ਸਿੰਘ ਬਜਵਾ ਦੀ ਜਾਨ ਵੀ ਲੈ ਲਈ ਆ, ਪਰ ਇਹ ਸਾਰਾ ਕੁਝ ਬੇਤਰਤੀਬਾ ਬਣ ਰਿਹਾ ਵਾ। ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਕੱਟ ਹੋਣਗੇ, ਜਿਹੜੇ ਦਿਓ ਕੱਦ ਪੁਤਲੇ ਫੂਕੇ ਜਾਣੇ ਆ 23 ਤੇ 24 ਨੂੰ, ਉਹ ਉੱਤਰ ਭਾਰਤ ਸਮੇਤ ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜੇ ਆ ਉਹ ਹੋਣਗੇ, ਵੱਡੇ ਇਕੱਠ ਕਰਕੇ ਮਾਵਾਂ ਭੈਣਾਂ ਸਮੇਤ ਮਤਲਬ ਕਾਰਪੋਰੇਟ ਜਗਤ ਨੂੰ ਇੱਥੋਂ ਅਖਾੜ ਫੈਂਕਣ ਦਾ ਜਿਹੜਾ ਵਾ ਉਹ ਨਾਰਾ ਦੇਵਾਂਗੇ। ਉਹਦੇ ਵਾਸਤੇ ਸਾਰਿਆਂ ਨੂੰ ਅਪੀਲ ਆ ਵੀ ਵੱਡੇ ਇਕੱਠ ਕਰਕੇ ਉਹਦਣ ਆਪਾਂ ਆਪਣੇ ਜਿਹੜੇ ਆ ਮੰਗਾਂ ਮਸਲੇ ਨੂੰ ਹੱਲ ਕਰਵਾਉਣ ਵਾਸਤੇ ਲੜੀਏ। ਮੰਡੀਆਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਝੋਨਿਆਂ ਦੇ ਉੱਤੇ ਜੋ ਪਾਬੰਦੀਆਂ ਲਾਈਆਂ ਕੇਂਦਰ ਦੇ ਕਹਿਣ ਦੇ ਉੱਤੇ, ਜਿਵੇਂ ਅੰਗੂਠਾ ਲੱਗੇ ਤੋਂ ਵਗੈਰਾ, ਫਰਕ ਤੋਂ ਵਗੈਰਾ, ਮੋਇਸਚਰ ਚੈੱਕ ਕਰਨਾ, ਇਹ ਸਾਰਾ ਕੁਝ ਅਸੀਂ ਖਾਮ ਕਰਦੇ ਹਾਂ ਵੀ ਇਹ ਠੀਕ ਨਹੀਂ ਗਾ। ਔਰ ਜਿਹੜੀ ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਸਰਕਾਰ ਨੇ ਨਿਯਮਾਵਲੀ ਬਣਾ ਲਈ ਆ ਵੀ 70% ਜਿਹੜਾ ਝੋਨਾ ਉਹ ਕਾਰਪੋਰੇਟ ਜਗਤ ਨੂੰ ਦੇ ਦੇਣਾ ਵਾ, ਇਹ ਠੀਕ ਨਹੀਂ। ਸਰਕਾਰੀ ਖਰੀਦ ਹੋਵੇ, ਸਰਕਾਰੀ ਗੋਦਾਮ ਹੋਣ ਔਰ ਪਬਲਿਕ ਦੇ ਅਦਾਰੇ ਜਿਹੜੇ ਉਹ ਪਬਲਿਕ ਦੇ ਕੋਲ ਰਹਿਣ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।